ਸਤਿੰਦਰ ਜੈਨ ਦੇ ਕਰੀਬੀ ਦੇ ਘਰੋਂ ਕਰੋੜਾ ਰੁਪਏ ਅਤੇ ਸੋਨੇ ਦੇ ਸਿੱਕੇ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਦੀਆਂ ਤਸਵੀਰਾਂ ਵੀ ਈਡੀ ਨੇ ਜਾਰੀ ਕੀਤੀਆਂ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਛਾਪੇਮਾਰੀ ਦੇ ਦੌਰਾਨ 2 ਕਰੋੜ 82 ਲੱਖ ਰੁਪਏ ਕੈਸ਼ ਤੇ 133 ਸੋਨੇ ਦੇ ਸਿੱਕੇ ਮਿਲਣ ਦਾ ਦਾਅਵਾ ਕੀਤਾ ਹੈ ਇਹ ਤਸਵੀਰ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖੋ ਇਹ ਸਿੱਕੇ ਤੇ ਨੋਟਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਗਈਆਂ ਨੇ ਈਡੀ ਦਾ ਦਾਅਵਾ ਹੈ ਕਿ ਇਹ ਸਤਿੰਦਰ ਜੈਨ ਦੇ ਦੋਸਤ ਦੇ ਕਰੋ ਮਿਲਿਆ ਨੇ ਪਾਜਪਾ ਆਗੂ सिरसा ਨੇ ਭ੍ਰਸ਼ਟਾਚਾਰ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਤੇ ਨਿਸ਼ਾਨੇ ਸਾਧੇ ਇਹ ਉਹ ਤਸਵੀਰ ਹੈ ਜਿਹੜੀ ਸਵਾਲ ਚੁੱਕ ਰਹੀ ਹੈ ਈਡੀ ਦੇ ਵੱਲੋਂ ਜਾਰੀ ਕੀਤੀ ਗਈ ਹੈ सिरसा ਨੇ ਪੁੱਛਿਆ ਕਿ ਅਰਵਿੰਦ ਕੇਜਰੀਵਾਲ ਜੀ ਕਦੋਂ ਦੇ ਰਹੇ ਹੋ ਜੈਨੂ ਪਦਮਸ਼ਰੀ ਇਹ ਕੁਝ ਬਰਾਮਦ ਹੋਇਆ ਉਹਨਾਂ ਦੇ ਘਰ ਆਮ ਆਦਮੀ ਪਾਰਟੀ ਆਗੂ ਸੰਜੇਦਰ ਸਿੰਘ ਨੇ ਪਾਰਟੀ ਦੇ ਆਪਣੇ ਸਿਹਤ ਮੰਤਰੀ ਸਤਿੰਦਰ ਜੈਨ ਦਾ ਬਚਾ ਕੀਤਾ ਉਹਨਾਂ ਕਿਹਾ ਕਿ ਜੈਨ ਨੂੰ ਫਸਾਉਣ ਲਈ ਕਿਸੇ ਨੂੰ ਵੀ ਦੱਸ ਰਹੇ ਨੇ ਜੈਨ ਦਾ ਕਰੀਬੀ ਪਤਾ ਨਹੀਂ ਕਿਸ ਦੇ ਕਰੋਬਰ ਅਮਦ ਹੋਇਆ ਪਰ ਇਹ ਜਿਹੜੀਆਂ ਤਸਵੀਰਾਂ ਨੇ ਇਸ ਨੇ ਕਈ ਸਵਾਲ ਜਿਹੜੇ ਨੇ ਉਹ ਖੜੇ ਕਰ ਦਿੱਤੇ ਨੇ ਵਾਕਈ ਈਡੀ ਦੀ ਰੇਡ ਦੇ ਵਿੱਚ ਇਹ ਜਿਹੜਾ ਕੁਝ ਬਰਾਮਦ ਹੋਇਆ ਹੈ ਇਹ ਸਤਿੰਦਰ ਜੈਨ ਦੇ ਕਰੀਬੀ ਦੇ ਘਰੋਂ ਬਰਾਮਦ ਹੋਇਆ ਇਹਨੇ ਸਾਰੇ ਨੋਟ ਤੇ ਆ ਸੋਨੇ ਦੇ ਸਿੱਕੇ 133 ਨਦੀ ਤਦਾਦ ਦੱਸੀ ਜਾ ਰਹੀ ਹੈ 3 ਕਰੋੜ ਦੇ ਕਰੀਬ ਪੈਸੇ ਦੱਸੇ ਜਾ ਰਹੇ ਨੇ ਸੰਜੇ ਸਿੰਘ ਕਹਿੰਦੇ ਨੇ ਸਾਂਸਦ ਸੰਜੇ ਸਿੰਘ ਆਮ ਆਦਮੀ ਪਾਰਟੀ ਦੇ ਕਿ ਸਤਿੰਦਰ ਜੈਨ ਨੂੰ ਫਸਾਇਆ ਜਾ ਰਿਹਾ ਪਤਾ ਨਹੀਂ ਕੌਣ ਕਰੀਬੀ ਹੈ ਪਤਾ ਨਹੀਂ ਕਿਸ ਦੇ ਪੈਸੇ ਨੇ ਸਿਰਸਾ ਕਹਿੰਦੇ ਨੇ ਕਿ ਕੇਜੀਵਾਲ ਸਾਹਿਬ ਇਹਨਾਂ ਤਸਵੀਰਾਂ ਨੂੰ ਦੇਖ ਕੇ ਕਦੋਂ ਦੇ ਰਹੇ ਹੋ ਪਦਮਸ਼੍ਰੀ ਆਪਣੇ ਮੰਤਰੀ ਸਤਿੰਦਰ ਜੈਨ ਨੂੰ ਇੱਕ ਪੰਜਾਬ ਦਾ ਮੰਤਰੀ ਭ੍ਰਿਸ਼ਟਾਚਾਰ ਦੇ ਵਿੱਚ ਫਸਿਆ ਤਾਂ ਉਹ ਜੇਲ੍ਹ ਵਿੱਚ ਹੈ ਮੰਤਰੀ ਅਹੁਦੇ ਤੋਂ ਛੁੱਟੀ ਹੋਈ ਸਤਿੰਦਰ ਜੈਨ ਤੇ ਇਲਜ਼ਾਮ ਨੇ ਪਰ ਆਮ ਆਦਮੀ ਪਾਰਟੀ ਇਸ ਨੂੰ ਬੇਬੁਨਿਆਦ ਦੱਸ ਰਹੀ ਹੈ ਹਜੇ ਵੀ ਸਤਿੰਦਰ ਜੈਨ ਸਿਹਤ ਮੰਤਰੀ ਨੇ ਹਾਲਾਂਕਿ ਈਡੀ ਨੇ ਉਹਨਾਂ ਤੇ ਕਾਰਵਾਈ ਕੀਤੀ ਹੈ ਇਹ ਤਸਵੀਰ ਜਾਰੀ ਕੀਤੀ ਹੈ ਔਰ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ